ਲਾਹੌਰ ਵਿੱਚ ਪਿਛਲੇ ਦਿਨੀ ਮਈਆ ਭਗਵਾਨ ਦੇ ਦਰਬਾਰ ਤੋਂ ਇੱਕ 6 ਮਹੀਨਿਆਂ ਦਾ ਬੱਚਾ ਕਿਸੇ ਵੱਲੋਂ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ 11 ਦਿਨ ਦੀ ਕੜੀ ਮਿਹਨਤ ਦੇ ਬਾਅਦ ਫਿਲੌਰ ਦੇ SHO ਜਤਿੰਦਰ ਕੁਮਾਰ ਅਤੇ ਉਹਨਾਂ ਦੀ ਪੂਰੀ ਟੀਮ ਨੇ ਬਠਿੰਡੇ ਤੋਂ ਬਰਾਮਦ ਕਰ ਲਿਆ ਹੈ ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। SHO ਜਤਿੰਦਰ ਕੁਮਾਰ ਦੇ ਇਸ ਪ੍ਰਸ਼ੰਸਾਯੋਗ ਕੰਮ ਕਰਨ ਤੇ ਆਦਮ ਏਕਤਾ ਫਾਊਂਡੇਸ਼ਨ ਲੁਧਿਆਣਾ ਅਤੇ WVVF ਲੁਧਿਆਣਾ ਦੀਆਂ ਸੰਸਥਾਵਾਂ ਵੱਲੋਂ SHO ਫਿਲੌਰ ਜਤਿੰਦਰ ਕੁਮਾਰ ਨੂੰ ਫੁੱਲਦਾਰ ਗੁਲਦਸਤਾ ਅਤੇ ਸਰੋਪਾਓ ਭੇਟ ਕੀਤਾ ਗਿਆ। ਉਹਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਸ ਤਰ੍ਹਾਂ ਦੇ ਵਧੀਆ ਅਫਸਰਾਂ ਨੂੰ ਹੋਰ ਵੀ ਤਰੱਕੀ ਦਿੱਤੀ ਜਾਵੇ। ਅੱਜ ਅਸੀਂ ਆਦਮ ਫਾਊਂਡੇਸ਼ਨ, ਆਦਮ ਏਕਤਾ ਫਾਊਂਡੇਸ਼ਨ ਲੁਧਿਆਣਾ ਔਰ WVVF ਫਾਊਂਡੇਸ਼ਨ ਲੁਧਿਆਣਾ ਵੱਲੋਂ ਸਰਦਾਰ ਜਤਿੰਦਰ ਸਿੰਘ SHO ਫਿਲੌਰ ਨੂੰ ਸਨਮਾਨਿਤ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਉਹਨਾਂ ਨੇ ਪਿਛਲੇ ਦਿਨੀ 11 ਦਿਨ ਦੀ ਲਗਾਤਾਰ ਮਿਹਨਤ ਦੇ ਨਾਲ ਇੱਕ 4 ਮਹੀਨੇ ਦਾ ਬੱਚਾ ਜਿਹੜਾ ਮਈਆ ਭਗਵਾਨ ਦੇ ਡੇਰੇ ਤੋਂ ਗੁੰਮ ਹੋ ਗਿਆ ਸੀ, ਉਸ ਨੂੰ ਬੜੀ ਮੁਸ਼ੱਕਤ ਦੇ ਨਾਲ ਲੱਭ ਕੇ ਉਸ ਦੇ ਪਰਿਵਾਰ ਦੇ ਕੋਲ ਪਹੁੰਚਾਤਾ ਔਰ ਇੱਕ ਜਿਹੜੇ ਮਨੁੱਖੀ ਜਿਹੜੇ ਤਸਕਰ ਆ ਉਹਨਾਂ ਦਾ ਇੱਕ ਬਹੁਤ ਵੱਡਾ ਪਰਦਾਫਾਸ਼ ਕੀਤਾ। ਔਰ ਮੈਂ ਉਮੀਦ ਕਰਦਾ ਕਿ ਪੰਜਾਬ ਪੁਲਿਸ ਦਾ ਹਰ ਜਿਹੜਾ ਸਿਪਾਹੀ ਆ ਉਹ ਜੇ ਇਸੇ ਤਰ੍ਹਾਂ ਹੀ ਕੰਮ ਕਰੇ ਤਾਂ ਪੰਜਾਬ ਦੇ ਵਿੱਚੋਂ ਬਹੁਤ ਜਲਦੀ ਇਹ ਮਾਨਵ ਤਸਕਰਾਂ ਉੱਤੇ ਅਤੇ ਹੋਰ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਆ ਜਿਵੇਂ ਨਸ਼ਾ ਹੈ ਜਾਂ ਹੋਰ ਜਿਹੜੀਆਂ ਬੁਰਾਈਆਂ ਨੇ ਉਹਨਾਂ ਉੱਤੇ ਬਹੁਤ ਜਲਦੀ ਤੋਂ ਜਲਦੀ ਜਿਹੜਾ ਕਾਬੂ ਪਾਇਆ ਜਾ ਸਕਦਾ। ਔਰ ਮੈਂ ਸਰਦਾਰ ਜਤਿੰਦਰ ਸਿੰਘ ਜੀ, SHO ਫਿਲੌਰ ਔਰ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਬਹੁਤ ਵੱਡਾ ਇੱਕ ਉਪਰਾਲਾ ਕਰਦੇ ਹੋਏ ਜਿਨ੍ਹਾਂ ਨੇ ਬੱਚੇ ਨੂੰ ਆਪਣੇ ਮਾਂ ਬਾਪ ਦੇ ਨਾਲ ਮਿਲਾਇਆ ਔਰ ਜਿਹੜਾ ਤਸਕਰਾਂ ਦਾ ਮਾਨਵ ਤਸਕਰਾਂ ਦਾ ਜਿਹੜਾ ਪਰਦਾਫਾਸ਼ ਕੀਤਾ ਹੈ ਉਸ ਸੰਬੰਧ ਵਿੱਚ ਮੈਂ